ਚੈਨਲ ਇੰਡੀਆ ਕ੍ਰਾਈਮ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ। ਆਓ ਅੱਜ ਦੱਸ ਦਿੰਦੇ ਹਾਂ ਤੁਹਾਨੂੰ ਕਿ ਕੋਰੋਨਾ ਵਾਇਰਸ ਦੇ ਕਰਕੇ ਜੋ ਮਹਾਮਾਰੀ ਹੈ ਫੈਲੀ ਹੋਈ ਹੈ, ਸਾਰਾ ਦੇਸ਼ ਚਿੰਤਤ ਹੈ। ਇਸ ਦੇ ਚੱਲਦੇ ਹੀ ਸਰਕਾਰ ਵੀ ਕਾਫੀ ਸੀਰੀਅਸ ਹੈ, ਲੋਕਾਂ ਨੂੰ ਕਾਫੀ ਘਰ ਘਰ ਸਮਾਨ ਮੁਹੱਈਆ ਕਰਾ ਰਹੀ ਹੈ। ਇਸ ਦੇ ਨਾਲ ਨਾਲ ਕੁਝ ਸਮਾਜ ਸੇਵਕ ਵੀ ਅੱਗੇ ਆ ਰਹੇ ਹਨ ਜੋ ਕਿ ਆਪਣਾ ਯੋਗਦਾਨ ਪਾ ਰਹੇ ਹਨ। ਜ਼ਰੂਰਤਮੰਦਾਂ ਨੂੰ ਉਹ ਆਪਣੇ ਸਮਰੱਥਾ ਦੇ ਅਨੁਸਾਰ ਰਾਸ਼ਨ ਮੁਹੱਈਆ ਕਰਾ ਰਹੇ ਹਨ। ਇਸੇ ਦੇ ਤਹਿਤ ਅੱਜ ਬਟਾਲਾ ਤੋਂ ਮਲਾਵੇ ਦੀ ਕੋਠੀ ਵਿਖੇ ਬਾਬਾ ਮੰਗਲੀ ਜੀ, ਜੋ ਕਿ ਆਪਣੇ ਗੁਰੂ ਬਾਬਾ ਲੱਭੋ ਜੀ ਦੇ ਆਸ਼ੀਰਵਾਦ ਦੇ ਨਾਲ ਉਹਨਾਂ ਨੇ ਪਹਿਲਾਂ ਆਪਣੇ ਮੁਹੱਲੇ ਦੇ ਵਿੱਚ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ, ਉਸ ਤੋਂ ਬਾਅਦ ਉਹ ਝੁੱਗੀ ਝੌਂਪੜੀ ਦੇ ਵਿੱਚ ਜਾ ਕੇ ਉਹਨਾਂ ਨੇ ਰਾਸ਼ਨ ਵੰਡਿਆ। ਨਾਲ ਦੇ ਨਾਲ ਜੋ ਬਚਦਾ ਰਾਸ਼ਨ ਸੀ ਉਹਨਾਂ ਨੇ ਇੱਕ ਮੰਦਿਰ ਵਿੱਚ ਉੱਥੇ ਹੀ ਰਖਵਾ ਦਿੱਤਾ, ਔਰ ਉਹ ਪੁਜਾਰੀ ਜੀ ਨੂੰ ਇਹ ਨਾਲ ਹੀ ਕਹਿ ਦਿੱਤਾ ਕਿ ਜਿਹਨੂੰ ਜਿਹਨੂੰ ਰਾਸ਼ਨ ਦੀ ਲੋੜ ਆ ਤੁਸੀਂ ਇੱਥੋਂ ਦੇ ਦੇਣਾ। ਉਹਨਾਂ ਦੇ ਨਾਲ ਹੀ ਭਾਰਤ ਸ਼ਿਵ ਸੈਨਾ ਭਾਰਤ ਦੇ ਉੱਤਰੀ ਦੇ ਉਪ ਪ੍ਰਧਾਨ ਮੈਡਮ ਅਰਚਨਾ ਜੋਗੀ ਜੀ ਉਹਨਾਂ ਦੇ ਨਾਲ ਸੀ, ਉਹਨਾਂ ਨੇ ਵੀ ਆਪਣਾ ਪੂਰਾ ਯੋਗਦਾਨ ਪਾਇਆ। ਇਸ ਦੇ ਨਾਲ ਹੀ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ, ਦੇਖਦੇ ਰਹੋ ਚੈਨਲ ਇੰਡੀਆ ਕ੍ਰਾਈਮ ਨਿਊਜ਼। ਰਿੰਕੂ ਰਾਜਾ ਦੇ ਨਾਲ ਨਰਿੰਦਰ ਪੁਰੇਵਾਲ ਦੀ ਖਾਸ ਰਿਪੋਰਟ। ਤੁਸੀਂ ਦੇਖ ਰਹੇ ਹੋ ਚੈਨਲ ਇੰਡੀਆ ਕ੍ਰਾਈਮ ਨਿਊਜ਼, ਮੈਂ ਰਿੰਕੂ ਰਾਜਾ, ਮੇਰੇ ਨਾਲ ਮੀਡੀਆ ਇੰਚਾਰਜ ਮੈਡਮ ਨਰਿੰਦਰ ਕੌਰ ਪੁਰੇਵਾਲ। ਜਿਵੇਂ ਕਿ ਤੁਸੀਂ ਜਾਣਦੇ ਹੋ ਕੋਰੋਨਾ ਵਾਇਰਸ ਜਿਹੜੀ ਬੜੀ ਖਤਰਨਾਕ ਬਿਮਾਰੀ, ਕਿੰਨੇ ਆਲ ਵਰਲਡ 'ਤੇ ਇਸ ਟਾਈਮ ਤੰਡ ਮਚਾਇਆ ਹੋਇਆ ਹੈ, ਔਰ ਇਸ ਦੀ ਆਸ ਜਿਹੜੀ ਭਾਰਤ ਨੇ ਸੁਣਾਈ ਦਿੱਤੀ ਹੈ। ਜਿਉਂ ਹੀ ਭਾਰਤ ਦੇ ਅੰਦਰ ਇਸ ਬਿਮਾਰੀ ਨੇ ਆਪਣਾ ਕਹਿਰ ਕਰਨਾ ਸ਼ੁਰੂ ਕੀਤਾ ਹੈ, ਖਾਸ ਕਰ ਪੰਜਾਬ ਦੇ ਅੰਦਰ ਜਿੱਥੇ ਸਰਕਾਰ ਵੱਲੋਂ ਕਾਫੀ ਸਹਾਇਤਾ ਦਿੱਤੀਆਂ ਜਾ ਰਹੀਆਂ, ਉੱਥੇ ਸਮਾਜ ਸੇਵੀ ਸੰਸਥਾਵਾਂ, ਕੁਝ ਹੋਰ ਲੋਕ ਸਾਹਮਣੇ ਆਏ ਆ ਜੋ ਗਰੀਬ ਤਬਕੇ ਦੀ ਜ਼ਰੂਰਤਮੰਦਾਂ ਦੀ ਮਦਦ ਕਰ ਰਹੇ ਆ। ਸਾਡੇ ਨਾਲ ਮੌਜੂਦ ਨੇ ਅੱਜ ਮੰਗਲੀ ਬਾਬਾ ਜੀ, ਔਰ ਉਹਨਾਂ ਨੇ ਆਪਣਾ ਆਸ਼ੀਰਵਾਦ ਲਿਆ ਲੱਭੋ ਬਾਬਾ ਜੀ ਜਿਹੜਾ ਨੇ ਗੁਰੂ ਨੇ। ਅੱਜ ਇੱਥੇ ਝੁੱਗੀ ਝੌਂਪੜੀ ਜਿਹੜੀ ਬਟਾਲੇ ਵੀਕੋ ਦੇ ਬੈਕ ਸਾਈਡ ਸਥਿਤ ਹੈ, ਉੱਥੇ ਅਸੀਂ ਮਾਰੀ ਅਮਨ ਮੰਦਿਰ ਲਾਗੇ ਸਥਿਤ ਹਾਂ, ਜਿੱਥੇ ਉਹਨਾਂ ਨੇ ਸਾਰੇ ਗਰੀਬਾਂ ਵਾਸਤੇ ਕੁਝ ਰਾਸ਼ਨ ਲੈ ਕੇ ਆਏ ਆ। ਆਓ ਗੱਲਾਂ ਕਰਦੇ ਹਾਂ ਕੁਝ ਬਾਬਾ ਜੀ ਨਾਲ, ਉਹਨਾਂ ਨੂੰ ਕਿੱਥੋਂ ਇਹ ਸਿੱਖਿਆ ਮਿਲੀ, ਕਿੱਦਾਂ ਉਹ ਇੱਥੇ ਪਹੁੰਚੇ। ਬਾਬਾ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਆਪਣੇ ਵੱਲੋਂ ਆਪਣੇ ਗੁਰੂ ਜੀ ਵੱਲੋਂ ਦੱਸੋ। ਹਾਂਜੀ, ਮੇਰੇ ਗੁਰੂ ਜੀ ਦਾ ਮੈਨੂੰ ਬਹੁਤ ਜ਼ਿਆਦਾ ਸਹਿਯੋਗ ਹੈ। ਮੇਰੇ ਗੁਰੂ ਜੀ ਲੱਭੋ ਜੀ, ਮੈਂ ਲੱਭੋ ਮੰਤ ਜੀ ਕਾਨਮਾ ਰੋਲ ਹੈ। ਸਾਨੂੰ ਉਹਨਾਂ ਨੇ ਬਹੁਤ ਪਿਆਰੀ ਸ਼ਿਕਸ਼ਾ ਦਿੱਤੀ ਹੈ, ਸਾਨੂੰ ਬਹੁਤ ਅੱਛਾ ਉਹਨਾਂ ਨੇ ਸਿਖਾਇਆ, ਬਹਿਣਾ ਉੱਠਣਾ ਹਰ ਗੱਲਬਾਤ। ਹਾਂਜੀ, ਵੀ ਦੁੱਖ ਸੁੱਖ ਦੇ ਵਿੱਚ ਹਰ ਇੱਕ ਦਾ ਭਲਾ ਕਰੋ, ਦੁੱਖ ਸੁੱਖ ਦੇ ਵਿੱਚ ਹਰ ਇੱਕ ਦੇ ਨਾਲ ਢਾਲ ਬੰਨ ਕੇ ਖੜੇ ਹੋ ਜਾਓ। ਹਾਂਜੀ, ਇਹ ਸਾਡੇ ਦੇਸ਼ ਵਤਨ ਦਾ ਹੀ ਪੈਸਾ ਜੋ ਅਸੀਂ ਆਪਣੇ ਗਰੀਬਾਂ ਦੇ ਘਰ ਚਮਾ ਕੇ ਖਾਂਦੇ ਹਾਂ, ਅਮੀਰਾਂ ਦੇ ਘਰ ਚਮਾ ਕੇ ਖਾਂਦੇ ਹਾਂ, ਤਾਂ ਅਸੀਂ ਉਹਨਾਂ ਦੇ ਦੁੱਖ ਮੁਸੀਬਤ ਵਿੱਚ ਉਹਨਾਂ ਦੇ ਨਾਲ ਢਾਲ ਬੰਨ ਕੇ ਖੜੇ, ਅਤੇ ਇੱਦਾਂ ਹਮੇਸ਼ਾ ਹੀ ਖੜੇ ਰਹਾਂਗੇ। ਔਰ ਤੁਹਾਡੀ ਜਾਣਕਾਰੀ ਦੱਸ ਲਈਏ, ਬਕਾਇਦਾ SDM ਸਾਹਿਬ ਵੱਲੋਂ ਇਜਾਜ਼ਤ ਲੈ ਕੇ ਅਸੀਂ ਇੱਥੇ ਪਹੁੰਚੇ ਹਾਂ ਇਹ ਰਾਸ਼ਨ ਵਿਤਰਨ ਕਰਨ ਵਾਸਤੇ। ਕਾਫੀ ਗਰੀਬ ਤਬਕਾ ਹੈ ਜਿਹਨਾਂ ਨੂੰ ਜ਼ਰੂਰਤਮੰਦਾਂ ਨੂੰ ਆਟਾ ਦਾਲ ਦਿੱਤੀ ਗਈ ਹੈ। ਆਓ ਇਹਨਾਂ ਤੋਂ ਪੁੱਛਦੇ ਹਾਂ ਕਿ ਹੋਰ ਭਵਿੱਖ 'ਚ ਕੀ ਕੁਝ ਕਰਨਾ ਚਾਹੁੰਦੇ ਆ, ਕੀ ਕੁਝ ਇਹਨਾਂ ਦੀ ਇੱਛਾ ਹੈ, ਔਰ ਕੀ ਕੁਝ ਇਹਨਾਂ ਦਾ ਪਲਾਨ ਹੈ। ਬਾਬਾ ਜੀ, ਹੋਰ ਭਵਿੱਖ ਕੀ ਕਰਨਾ ਚਾਹੁੰਦੇ ਹੋ? ਹੋਰ ਬਸ, ਜਿੱਥੇ ਜਿੱਥੇ ਕੋਈ ਦੁੱਖ ਮੁਸੀਬਤ ਹੋਵੇਗਾ, ਅਸੀਂ ਹੋਰ ਵੇਲੇ ਉਸ ਹਰ ਟਾਈਮ ਅਸੀਂ ਉਸ ਵੇਲੇ ਹਰ ਇੱਕ ਦੇ ਨਾਲ ਖੜੇ ਹੋਵਾਂਗੇ। ਇਸ ਜੀ ਸਾਡੇ ਨਾਲ ਮੰਗਲੀ ਬਾਬਾ ਜੀ, ਬੜਾ ਵੱਡਾ ਉਪਰਾਲਾ ਜਿਹਨੂੰ ਸਮਾਜ ਸੇਵਾ ਕਹਿ ਸਕਦੇ ਹਾਂ, ਸਰਕਾਰ ਦੇ ਨਾਂ ਨਾਲ ਆਰਥਿਕ ਤੌਰ 'ਤੇ ਲੋਕਾਂ ਦੀ ਮਦਦ ਕਰਨ ਵਾਸਤੇ ਅੱਗੇ ਆ ਰਹੇ ਹੈ। ਅਸੀਂ ਮੌਜੂਦ ਹਾਂ ਇਸ ਮੰਦਿਰ 'ਚ, ਸ਼ਾਟ ਮਾਰੇ ਜਾਣ ਕੁਝ ਮੰਦਿਰ ਦੇ, ਮੰਦਿਰ ਹਾਲਾਂਕਿ ਬੰਦ ਹੈ ਕਿਉਂਕਿ ਸਾਰੇ ਮੰਦਿਰ ਲਗਭਗ ਬੰਦ ਕੀਤੇ ਗਏ ਹਨ, ਪਰ ਪੁਜਾਰੀ ਜੀ ਦੀ ਡਿਊਟੀ ਲਗਾਈ ਗਈ ਹੈ, ਕਾਫੀ ਰਾਸ਼ਨ ਘਰਾਂ 'ਚ ਵੰਡਿਆ ਗਿਆ। ਉਸ ਤੋਂ ਬਾਅਦ ਜੋ ਰਾਸ਼ਨ ਬਾਕੀ ਹੈ ਉਹ ਇੱਥੇ ਜਿੰਨਾ ਗਰੀਬ ਤਬਕਾ, ਸੈਂਕੜਿਆਂ ਦੀ ਗਿਣਤੀ 'ਚ ਲੋਕ ਰਹਿੰਦੇ ਹੈ, ਉਹਨਾਂ ਨੂੰ ਵੰਡਿਆ ਜਾਏਗਾ। ਵੇਖਦੇ ਰਹੋ ਚੈਨਲ ਇੰਡੀਆ ਕ੍ਰਾਈਮ ਨਿਊਜ਼। ਮੰਗਲੀ ਬਾਬਾ ਜੀ ਮੇਰੇ ਬੱਚਿਆਂ ਦੀ ਤਰ੍ਹਾਂ ਹੈ, ਇਹਨਾਂ ਨੇ ਜੋ ਅੱਜ ਉਪਰਾਲਾ ਕੀਤਾ, ਮੈਂ ਇਹਨਾਂ ਤੋਂ ਬਹੁਤ ਖੁਸ਼ ਹਾਂ, ਮੈਂ ਇਹਨਾਂ ਦੇ ਨਾਲ ਆਈ ਹਾਂ। ਬਾਬਾ ਲੱਭੋ ਜੀ ਮੇਰੀ ਭੈਣ ਹੈ, ਜਿਹੜੇ ਬਾਬੇ ਹੁੰਦੇ ਆ ਇਹਨਾਂ ਨੂੰ ਰੱਬ ਵੱਲੋਂ ਵੀ ਆਸ਼ੀਰਵਾਦ ਹੁੰਦਾ ਵਾ, ਔਰ ਬਾਬਾ ਜੀ ਨੇ ਜੋ ਗਰੀਬਾਂ ਦੇ ਨਾਲ ਆ ਕੇ ਰਾਸ਼ਨ ਵੰਡਿਆ, ਅਤੇ ਹੋਰ ਜੋ ਵੀ ਹੋਏਗਾ ਅੱਗੋਂ ਤੋਂ ਬਾਬਾ ਜੀ ਕਰੇ। ਇੰਡੀਆ ਕ੍ਰਾਈਮ ਨਿਊਜ਼।
ਜ਼ੁਲਮ ਕੇ ਖਿਲਾਫ।